ਪੁਲਿਸ ਨੇ ਬੰਬੀਹਾ ਗੈਂਗ ਦੇ 5 ਗੁਰਗਿਆਂ ਨੂੰ ਕਾਬੂ ਕਰ ਲਿਆ, ਜਿਨ੍ਹਾਂ ਕੋਲੋਂ 8 ਪਿਸਤੌਲਾਂ ਤੇ 16 ਜਿੰਦਾ ਕਾਰਤੂਸ ਬਰਾਮਦ ਕੀਤੇ ਗਏ ਨੇ ਤੇ ਇਹਨਾਂ ਕੋਲੋਂ ਇੱਕ ਇੰਡੈਵਰ ਗੱਡੀ ਵੀ ਬਰਾਮਦ ਹੋਈ ਹੈ। ਦੱਸਣਾ ਬਣਦਾ ਹੈ ਕਿ ਇਹ 5 ਜਣੇ ਸੋਸ਼ਲ ਮੀਡੀਆ ਦੇ ਜ਼ਰੀਏ ਬੰਬੀਹਾ ਗੈਂਗ ਦੇ ਨਾਲ ਜੁੜੇ ਹੋਏ ਸਨ, ਜਿਨ੍ਹਾਂ ਨੂੰ ਪੁਲਿਸ ਨੇ ਗੁਪਤ ਸੂਚਨਾ ਦੇ ਆਧਾਰ ਤੇ ਕਾਬੂ ਕਰ ਲਿਆ ਗਿਆ। ਦੱਸਣਾ ਬਣਦਾ ਹੈ ਕਿ ਇਹ 5 ਜਣੇ ਮੋਗਾ ਪੁਲਿਸ ਨੇ ਕਾਬੂ ਕੀਤੇ ਨੇ, ਕਿਉਂਕਿ ਮੋਗਾ ਪੁਲਿਸ ਵੱਲੋਂ ਅਪਰਾਧਿਕ ਗਤੀਵਿਧੀਆਂ ਖਿਲਾਫ ਵੱਡੀ ਕਾਰਵਾਈ ਵਿੱਢੀ ਹੋਈ ਹੈ, ਜਿਸਦੇ ਚੱਲਦੇ ਬੰਬੀਹਾ ਗੈਂਗ ਦੇ 5 ਕਾਰਕੁਨਾਂ ਨੂੰ ਗ੍ਰਿਫਤਾਰ ਕੀਤਾ, ਜਿਨ੍ਹਾਂ ਕੋਲੋਂ ਪੁਲਿਸ ਨੇ 32 ਬੋਰ ਦੇ 8 ਪਿਸਤੌਲ ਅਤੇ 16 ਜਿੰਦਾ ਕਾਰਤੂਸ ਬਰਾਮਦ ਕੀਤੇ ਨੇ। ਇਹ ਸਾਰੇ ਇੱਕ ਫੋਰਡ ਇੰਡੈਵਰ ਗੱਡੀ ਦੇ ਵਿੱਚ ਸਵਾਰ ਸਨ ਅਤੇ ਮੋਗਾ ਪੁਲਿਸ ਨੇ ਗੁਪਤ ਸੂਚਨਾ ਦੇ ਆਧਾਰ ਤੇ ਇਹਨਾਂ ਨੂੰ ਕਾਬੂ ਕੀਤਾ। ਇਹ ਵੀ ਜਾਣਕਾਰੀ ਮਿਲੀ ਹੈ ਕਿ ਫਰੀਦਕੋਟ ਜੇਲ੍ਹ ਦੇ ਵਿੱਚ ਬੰਦ ਸੁਖਚੈਨ ਸਿੰਘ ਨੇ ਉਹਨਾਂ ਨੂੰ ਹਥਿਆਰ ਮੁਹੱਈਆ ਕਰਵਾਏ ਸਨ ਅਤੇ ਇਹ ਸਾਰੇ ਪੰਜਾਬ ਤੇ ਰਾਜਸਥਾਨ ਦੇ ਵਸਨੀਕ ਨੇ। ਫਿਲਹਾਲ ਪੁਲਿਸ ਇਸ ਗੱਲ ਦੀ ਜਾਂਚ ਕਰ ਰਹੀ ਹੈ ਕਿ ਉਹ ਮੋਗਾ ਦੇ ਵਿੱਚ ਕਿਹੜਾ ਅਪਰਾਧ ਕਰਨ ਆਏ ਸਨ। ਮਾਮਲੇ ਦੇ ਵਿੱਚ ਮੋਗਾ ਦੇ SSP ਅੰਕੁਰ ਗੁਪਤਾ ਨੇ ਇੱਕ ਪ੍ਰੈਸ ਕਾਨਫਰੰਸ ਦੇ ਵਿੱਚ ਦੱਸਿਆ ਹੈ ਕਿ ਮੋਗਾ ਪੁਲਿਸ ਨੂੰ ਵੱਡੀ ਜਾਣਕਾਰੀ ਮਿਲੀ ਸੀ, ਜਿਸ ਦੇ ਚੱਲਦੇ ਪੁਲਿਸ ਨੇ ਫੋਰਡ ਇੰਡੈਵਰ ਗੱਡੀ ਸਮੇਤ 5 ਮੁਲਜ਼ਮਾਂ ਨੂੰ ਕਾਬੂ ਕੀਤਾ, ਜਿਨ੍ਹਾਂ ਕੋਲੋਂ ਪੁਲਿਸ ਨੇ ਅਸਲਾ ਵੀ ਬਰਾਮਦ ਕੀਤਾ। ਉਹਨਾਂ ਨੇ ਦੱਸਿਆ ਕਿ ਇਹ ਸਾਰੇ ਬੰਬੀਹਾ ਗੈਂਗ ਦੇ ਨਾਲ ਸੰਬੰਧਿਤ ਨੇ ਅਤੇ ਇਹਨਾਂ 5 ਖਿਲਾਫ ਫਿਲਹਾਲ ਕੋਈ ਕੇਸ ਦਰਜ ਨਹੀਂ ਹੈ। ਇਹ ਸਾਰੇ ਹੀ ਨਵੇਂ ਹਨ ਅਤੇ ਇਹ 5 ਜਣੇ ਬੰਬੀਹਾ ਗੈਂਗ ਨਾਲ ਸੋਸ਼ਲ ਮੀਡੀਆ ਦੇ ਜ਼ਰੀਏ ਜੁੜੇ ਹੋਏ ਸਨ। ਮਾਨਯੋਗ CM ਪੰਜਾਬ, DGP ਪੰਜਾਬ ਅਤੇ ਹੋਰ ਸੀਨੀਅਰ ਅਫਸਰਾਂ ਦੀ ਹਦਾਇਤਾਂ ਮੁਤਾਬਕ ਮੋਗਾ ਪੁਲਿਸ ਵੱਲੋਂ ਜਿਹੜੀ ਆਪਣੀ ਮੁਹਿੰਮ ਚਲਾਈ ਹੋਈ ਹੈ ਮਾੜੇ ਅਨਸਰਾਂ ਦੇ ਖਿਲਾਫ, ਉਹਦੇ ਵਿੱਚ ਸਾਨੂੰ ਕੱਲ੍ਹ ਕਾਮਯਾਬੀ ਮਿਲੀ ਜਦੋਂ ਅਸੀਂ 5 ਬੰਦੇ ਗ੍ਰਿਫਤਾਰ ਕੀਤੇ ਹੈ। ਉਹਨਾਂ ਤੋਂ ਸਾਨੂੰ 8 ਜਿਹੜੇ ਨਜਾਇਜ਼ ਅਸਲੇ ਹੈ 32 ਬੋਰ ਦੇ ਉਹ ਰਿਕਵਰ ਹੋਏ ਹੈ, ਨਾਲ ਇੱਕ ਲਗਜ਼ਰੀ ਗੱਡੀ ਫੋਰਡ ਇੰਡੈਵਰ ਅਤੇ ਜਿਹੜੇ ਹੈਗੇ 16 ਜ਼ਿੰਦਾ ਰਾਊਂਡ 32 ਬੋਰ ਦੇ ਉਹ ਰਿਕਵਰ ਹੋਏ ਹੈ। ਸੋ ਜਿਵੇਂ ਪਹਿਲਾਂ ਵੀ ਤੁਹਾਨੂੰ ਬਰੀਫ ਕੀਤਾ ਗਿਆ ਸੀ, ਮੋਗਾ ਪੁਲਿਸ ਵੱਲੋਂ ਕੰਟੀਨਿਊਸਲੀ ਜਿਹੜਾ ਮਾੜੇ ਅਨਸਰਾਂ ਦੇ ਖਿਲਾਫ ਜਿਹੜੀ ਕਾਰਵਾਈ ਹੈ ਉਹ ਚੱਲ ਰਹੀ ਹੈ, ਉਸੇ ਦੀ ਲੜੀ ਦੇ ਵਿੱਚ ਇਹ ਜਿਹੜੀ ਹੈਗੀ ਹੈ ਉਹ ਰਿਕਵਰੀ ਹੋਈ ਹੈ। ਇਹ ਜਿਹੜੇ ਬੰਦੇ ਹੈਗੇ ਨੇ ਇਹ ਮੈਂ ਦੱਸਣਾ ਚਾਹੁੰਦਾ ਕਿ ਇਹ ਵੱਖ ਵੱਖ ਸਟੇਟਸ ਤੋਂ ਹੈਗੇ ਨੇ, ਜਿਵੇਂ ਅਸੀਂ ਜਿਹੜੇ ਬੰਦੇ ਹੈ ਬਲੌਂਗੀ ਤੋਂ ਰਹਿਣ ਵਾਲੇ ਸੀਗੇ, ਪਿੱਛੋਂ ਜੋਧਪੁਰ ਦਾ ਰਹਿਣ ਵਾਲਾ ਸੀ ਜਿਹੜਾ ਮੇਨ ਬੰਦਾ ਰਾਕੇਸ਼ ਅਸੀਂ ਫੜਿਆ, ਉਹਦੇ ਨਾਲ 2 ਸਾਥੀ ਹੋਰ ਸੀ, ਉਹਨਾਂ ਦੀ ਪੁੱਛਗਿੱਛ ਆਇਆ ਅਤੇ ਅੱਗੇ ਅਸੀਂ ਮਾਨਸਾ ਤੋਂ ਵੀ ਬੰਦੇ ਫੜੇ ਹੈ ਅਤੇ ਇੱਕ ਬੰਦਾ ਜਿਹੜਾ ਹੈਗਾ ਉਹ ਜੇਲ੍ਹ ਦੇ ਵਿੱਚ ਬੰਦ ਹੈ। ਸੋ ਕਾਫੀ ਕੋਆਰਡੀਨੇਟਡ ਓਪਰੇਸ਼ਨ ਹੋਇਆ, ਵੱਖ ਵੱਖ ਜਗ੍ਹਾ ਤੋਂ ਜਿਹੜੇ ਹੈਗੇ ਨੇ ਬੰਦਿਆਂ ਬਿਲੋਂਗ ਕਰਦੇ ਨੇ ਅਤੇ ਇਹ ਇੱਕ ਮਤਲਬ ਜਿਹੜਾ ਹੈਗਾ ਇੰਟਰ ਸਟੇਟ ਵੈਪਨ ਡਿਲੀਵਰੀ ਦਾ ਗੈਂਗ ਚਲਾ ਰਹੇ ਸੀ, ਜਿਹਨਾਂ ਨੂੰ ਅਸੀਂ ਫੜ ਕੇ ਕਾਰਵਾਈ ਕੀਤੀ ਹੈ, ਪਰਚਾ ਦਰਜ ਕੀਤਾ ਹੈ ਅਤੇ ਇਹਦੇ ਨਾਲ ਜਿਹੜਾ ਪ੍ਰੀਵੈਂਸ਼ਨ ਆਫ ਕ੍ਰਾਈਮ ਹੈ ਉਹ ਬੜੇ ਵਧੀਆ ਢੰਗ ਨਾਲ ਹੋਈ ਹੈ। ਇਹ ਹੁਣ ਅਸੀਂ ਵੈਸੇ ਦੇਖਾਂਗੇ ਜੀ, ਵੈਸੇ ਜਿਹੜਾ ਪਹਿਲੀ ਪ੍ਰੀਲਿਮਿਨਰੀ ਪੁੱਛਗਿੱਛ ਤੋਂ ਪਤਾ ਚੱਲਿਆ ਉਹ ਬੰਬੀਹਾ ਗੈਂਗ ਦੇ ਜਿਹੜੇ ਹੈਗੇ ਨੇ ਉਹ ਸਾਹਮਣੇ ਆਈ ਹੈ ਗੱਲ, ਅਤੇ ਇਹਦੇ ਵਿੱਚ ਮੈਂ ਇਹ ਵੀ ਦੱਸਣਾ ਚਾਹੁੰਦਾ ਕਿ ਜਿਹੜੀ ਇਹ ਵੈਪਨਸ ਜਿਹੜੇ ਮਾਨਸੇ ਵਾਲੇ ਬੰਦਿਆਂ ਤੋਂ ਅਸੀਂ ਰਿਕਵਰ ਕੀਤੇ ਹੈਗੇ ਹੈ ਉਹਦੇ ਵਿੱਚ ਅਰਾਊਂਡ 1.25 ਲੱਖ ਰੁਪਏ ਦੇ 4 ਵੈਪਨ ਸੀਗੇ ਅਤੇ ਅੱਗੇ ਇਹਨਾਂ ਨੇ ਜਿਹੜੇ ਹੋਰ ਅੱਗੇ ਦੇਣੇ ਸੀ ਉਹ ਸਾਰੀ ਜਿਹੜੀ ਡਿਟੇਲਡ ਪੁੱਛਗਿੱਛ ਅਸੀਂ ਕਰਾਂਗੇ। ਇਹਦੇ ਵਿੱਚ 5 ਬੰਦੇ ਜਿਹੜੇ ਹੈਗੇ ਨੇ ਜਿਹੜੇ ਅਸੀਂ ਅਰੈਸਟ ਕੀਤੇ ਹੈਗੇ ਨੇ ਉਹਨਾਂ ਦੇ ਖਿਲਾਫ਼ ਪਹਿਲਾਂ ਕੋਈ ਅਪਰਾਧਿਕ ਬੈਕਗਰਾਊਂਡ ਨਹੀਂ ਹੈ, ਪਰ ਜਿਹੜਾ 6ਵਾਂ ਬੰਦਾ ਅਸੀਂ ਜੇਲ੍ਹ ਦੇ ਵਿੱਚ ਫਰੀਦਕੋਟ ਬੰਦ ਹੈਗਾ ਸੁੱਖ ਜੰਡੇ ਵਾਲਾ, ਉਹਦੇ ਉੱਤੇ 3 ਪਹਿਲਾਂ ਪਰਚੇ ਦਰਜ ਹੈਗੇ। ਇਹ ਇੱਕ ਨਾਮ ਫਿਗਰ ਆਊਟ ਹੋ ਰਿਹਾ ਜੀ, ਉਹ ਤਫਤੀਸ਼ ਅਸੀਂ ਹੁਣ ਦੇਖਾਂਗੇ। ਉਹ ਬੰਦੇ ਨੇ ਇਹਨਾਂ ਨੂੰ MP ਤੋਂ ਪਿੱਛੋਂ ਸੋਰਸ MP ਹੈਗਾ ਉੱਥੋਂ ਲਿਆ ਕੇ ਦਿੱਤੇ ਹੈਗੇ ਹੈ ਰਾਕੇਸ਼ ਨੂੰ।
ਨਹੀਂ ਇਹਨਾਂ 'ਤੇ ਪਰਚਾ ਅਪਰਾਧਿਕ ਪਰਚਾ ਕੋਈ ਪਹਿਲਾਂ ਦਰਜ ਨਹੀਂ ਹੈਗੀ ਹੈ। ਨਵੇਂ ਉੱਠੇ ਸੀਗੇ ਫੁੱਟ ਸੋਲਜਰ ਸੀਗੇ ਅਤੇ ਨਾਲ ਜਿਹੜਾ ਹੈਗਾ ਇੱਕ ਬੰਦਾ ਜਿਹੜਾ ਜੇਲ੍ਹ ਦੇ ਵਿੱਚ ਬੈਠਾ ਉਹਦੇ ਵਿੱਚ ਜਿਹੜੇ 3 ਪਰਚੇ ਦਰਜ ਹੈ। ਹਾਂ ਉਹ ਹੀ ਵਾਜ਼ ਅ ਮੇਨ ਮਤਲਬ ਪਰਸਨ ਜਿਹੜਾ ਜਿਹਨੇ ਵੈਪਨ ਸਪਲਾਈ ਕੀਤੀ ਉਹ ਵੀ ਬੰਦਾ ਮੇਨ ਹੈ। ਉਹ ਫੜਨਾ ਬਾਕੀ ਹੈ, ਇਹਨੂੰ ਅਸੀਂ ਪ੍ਰੋਡਕਸ਼ਨ ਬਣਾਉਣਾ। ਸਰ ਇਹ 5 ਬੰਦੇ ਟਾਰਗੇਟ ਕਿਹਨੂੰ ਬਣਾਉਣਾ ਸੀਗਾ? ਉਹ ਇਸ ਤਰ੍ਹਾਂ ਹਲੇ ਸਾਨੂੰ ਤਫਤੀਸ਼ ਅਸੀਂ ਲੈ ਕੇ ਆਵਾਂਗੇ, ਪੁੱਛਗਿੱਛ ਲੈ ਕੇ ਆਵਾਂਗੇ ਵੀ ਕੀ ਇਹਨਾਂ ਦਾ ਮੇਨ ਮਕਸਦ ਕੀ ਸੀ। ਉਹ ਹਲੇ ਤੱਕ ਤਫਤੀਸ਼ ਦਾ ਪਾਰਟ ਹੈਗਾ, ਹਲੇ ਸਾਨੂੰ ਉਹ ਅਸੀਂ ਇੰਟਰੋਗੇਟ ਕਰਕੇ ਉਹਨੂੰ ਪ੍ਰੋਪਰ ਵੈਰੀਫਾਈ ਕਰਕੇ ਕਰਾਂਗੇ। ਜਿਸ ਤਰ੍ਹਾਂ ਤੁਸੀਂ ਕਹਿ ਰਹੇ ਹੋ ਨਵੇਂ ਸੀਗੇ, ਗੁਬੀਆਂ ਦੇ ਸੰਪਰਕ 'ਚ ਮਿਲੇ? ਇਹ ਬੇਸਿਕਲੀ ਜੀ ਇਹਨਾਂ ਦਾ ਜਿਹੜਾ ਸਾਰਾ ਮੋਡਸ ਅਪਰੈਂਡ ਆਈ ਹੈ ਉਹ ਸੋਸ਼ਲ ਮੀਡੀਆ ਦੇ ਰਾਹੀਂ, ਇੰਸਟਾਗ੍ਰਾਮ ਰਾਹੀਂ, ਆਈਡੀਜ਼ ਰਾਹੀਂ ਹੁੰਦਾ। ਅਤੇ ਜਿਹੜਾ ਇੱਕ ਬੰਦਾ ਮੈਂ ਤੁਹਾਨੂੰ ਦੱਸ ਰਿਹਾ ਹੈਗਾ ਹਜੇ ਡਿਊ ਟੂ ਔਨਗੋਇੰਗ ਇਨਵੈਸਟੀਗੇਸ਼ਨ ਆਈ ਕੈਨ ਨੋਟ ਰਿਵੀਲ, ਮੈਂ ਨਾਮ ਨਹੀਂ ਉਹ ਦੱਸ ਸਕਦਾ। ਸੋ ਉਹਦੇ ਰਾਹੀਂ ਇਹ ਕੰਟੈਕਟ ਦੇ ਵਿੱਚ ਆਏ, ਅਦਰਵਾਈਜ਼ ਜਿਹੜਾ ਇਹਨਾਂ ਦਾ ਮੋਡਸ ਅਪਰੈਂਡ ਇਹ ਸੋਸ਼ਲ ਮੀਡੀਆ ਦੇ ਰਾਹੀਂ ਹੈਗਾ। ਹਾਂ ਇਹ ਸਾਨੂੰ ਆਪਣੇ ਸੋਰਸਿਸ ਤੋਂ ਸਾਨੂੰ ਮੁੱਖ ਗਈ, ਸਾਡੇ ਸੋਰਸਿਸ ਨੇ ਸਾਨੂੰ ਜੀ ਜੀ ਉਹੀ ਮੈਂ ਦੱਸ ਰਿਹਾ ਨਾ, ਜਿਵੇਂ ਪਹਿਲਾਂ ਮੈਂ ਦੱਸਿਆ ਵੀ ਉਹ ਇੱਕ ਬੰਦਾ ਹੈਗਾ ਜਿਹੜਾ ਅੱਗੇ ਵਿੱਚ ਸੀਗਾ, ਉਹ ਡਿਊ ਟੂ ਔਨਗੋਇੰਗ ਇਨਵੈਸਟੀਗੇਸ਼ਨ ਮੈਂ ਉਹਦਾ ਨਾਮ ਤਾਂ ਨਹੀਂ ਰਿਵੀਲ ਕਰ ਸਕਦਾ। ਸੋ ਉਹਨੇ ਵਿੱਚ ਉਹਨੇ ਐਮ ਪੀ ਤੋਂ ਲਿਆ ਕੇ ਦਿੱਤਾ ਜੀ ਜੀ ਨਹੀਂ ਇਹ ਇੱਥੋਂ ਹੀ ਗ੍ਰਿਫਤਾਰੀ ਹੋਈ ਹੈ ਜੀ, ਇੱਥੇ ਆਏ ਹੋਏ ਸੀਗੇ ਕਿਉਂਕਿ ਕੁਛ ਬੰਦੇ ਮਾਨਸੇ ਦੇ ਸੀਗੇ, ਇੱਕ ਬੰਦਾ ਜੇਲ੍ਹ 'ਚ ਵੀ ਬੈਠਾ, ਸੋ ਉਹ ਸਾਰੇ ਆਪਸ ਲਿੰਕ ਸੀਗੇ। ਸੋ ਗ੍ਰਿਫਤਾਰੀ ਇੱਥੋਂ ਹੀ ਹੋਈ ਹੈ ਮੋਗੇ ਤੋਂ। ਚਲੋ ਬੰਦਾ ਨਾਮਜ਼ਦ ਕਰਦੇ ਜਿਹੜੇ ਤਫਤੀਸ਼ ਦੇ ਵਿੱਚ ਜੀ ਜੀ ਉਹ ਕਰਾਂਗੇ ਜੀ, ਹੁਣ ਨਾਮਜ਼ਦ ਕਰਾਂਗੇ ਉਹ। ਬਿਲਕੁਲ ਕਿੰਨੇ ਬੰਦੇ ਬਾਕੀ ਇਹਨਾਂ ਨੂੰ? ਹਾਂਜੀ ਕਿੰਨੇ ਬੰਦੇ ਨਾਮਜ਼ਦ ਕਰ ਰਹੇ ਹੋ ਇਹਦੇ ਵਿੱਚ ਜੀ? ਹਜੇ ਤਾਂ ਜਿਹੜਾ 22 ਨੇਮ ਐਫ ਆਈ ਆਰ ਉਹ 6 ਬੰਦਿਆਂ 'ਤੇ ਹੈਗੀ ਹੈ, ਜਿਸ 'ਚੋਂ ਇੱਕ ਜਿਹੜਾ ਹੈਗਾ ਬੰਦਾ ਜੇਲ੍ਹ ਦੇ ਵਿੱਚ ਹੈ, 5 ਬੰਦੇ ਸਾਡੇ ਕੋਲ ਅਸੀਂ ਅਰੈਸਟ ਕਰ ਲਏ ਹਾਂ, ਇੱਕ ਬੰਦਾ ਜਿਹੜਾ ਮੈਂ ਤੁਹਾਨੂੰ ਦੱਸ ਰਿਹਾ ਹੈਗਾ ਜਿਹੜਾ ਲਿੰਕ ਹੈਗਾ ਉਹ ਫਿਗਰ ਆਊਟ ਹੋਇਆ, ਬਾਕੀ ਉਹ ਤੋਂ ਗੱਲ ਅੱਗੇ ਚੱਲੂਗੀ ਜਦੋਂ ਅਸੀਂ ਉਹਨੂੰ ਕਾਬੂ ਕਰ ਲਾਂਗੇ ਕਿ ਅੱਗੇ ਉਹ ਹੋਰ ਕਿਹੜੇ ਕਿਹੜੇ ਲਿੰਕ ਸੀ। ਜੀ ਜੀ ਗੱਡੀ ਬਰਾਮਦ ਹੋਈ ਹੈ, ਗੱਡੀ ਜਿਹੜਾ ਮਾਨਸੇ ਵਾਲਾ ਬੰਦਾ ਇਹ 2 ਹੈਗੇ ਆ ਉਹਨਾਂ ਤੋਂ ਗੱਡੀ ਬਰਾਮਦ ਹੋਈ। ਗੱਡੀ ਮਾਲਕ ਦਾ ਨਾਮ ਕਰਨਦੀਪ ਹੈਗਾ ਜੀ, ਮਾਨਸਾ ਤੋਂ, ਇਹਦਾ ਪਿੰਡ ਹੈਗਾ ਜੀ ਹਰੀਏ ਵਾਲਾ ਥਾਣਾ ਸਦਰ। ਇਹ ਬੇਸਿਕਲੀ ਜੀ ਕੰਮ ਤਾਂ ਮਤਲਬ ਇਸ ਤਰ੍ਹਾਂ ਨਹੀਂ ਹੈ, ਜਿਵੇਂ ਜੋਧਪੁਰ ਤੋਂ ਆਇਆ ਹੋਇਆ ਬੰਦਾ, ਉੱਥੇ ਆ ਕੇ ਰਹਿ ਰਹੇ ਸੀਗੇ, ਸੋ ਇਸੇ ਕੰਮ 'ਚ ਪਏ ਹੋਏ ਸੀਗੇ, ਰੀਸੈਂਟਲੀ ਆਏ ਸੀਗੇ, ਕੋਈ ਜ਼ਿਆਦਾ ਪੁਰਾਣੇ ਨਹੀਂ ਆਏ, ਪਰ ਇਹ ਸੋਸ਼ਲ ਮੀਡੀਆ ਦੇ ਰਾਹੀਂ ਜਿਹੜੇ ਹੈਗੇ ਆ ਉਹ ਜੀ। ਹਾਂ ਬਿਲਕੁਲ ਬਿਲਕੁਲ, ਜਿਵੇਂ ਮੈਂ ਦੱਸਿਆ ਕਿ ਇਹਨਾਂ ਨੂੰ 1,20,000 ਰੁਪਇਆ ਜਿਹੜਾ ਇਹਨਾਂ ਨੇ ਅੱਗੇ ਪਿਸਟਲਸ ਦਿੱਤੇ ਹੈਗੇ ਨੇ, 5 ਪਿਸਟਲਸ ਉਹਨਾਂ ਦਾ ਇਹਨਾਂ ਨੂੰ 1,20,000 ਮਿਲਿਆ ਸੀਗਾ ਰਾਕੇਸ਼ ਨੂੰ, ਉਹਨੇ ਅੱਗੇ ਦੇਣਾ ਸੀਗਾ ਜੀ। ਨਹੀਂ ਉਹੀ ਮੈਂ ਦੱਸ ਰਿਹਾ ਨਾ ਕਿ ਜਿਵੇਂ ਅੱਗੇ ਰਾਕੇਸ਼ ਨੇ ਜਿਹੜੇ ਅਸੀਂ 2 ਬੰਦੇ ਮਾਨਸਾ ਤੋਂ ਫੜੇ, ਉਹਨੂੰ ਵੈਪਨ ਸਪਲਾਈ ਕੀਤੇ ਸੀਗੇ, ਮੁੜ ਕੇ ਮਤਲਬ ਉਹਦੀ ਏਵਜ਼ ਦੇ ਵਿੱਚ ਪੈਸੇ ਲੈ ਲਏ ਸੀਗੇ। ਸੋ ਉਹ ਸਾਰਾ ਅੱਗੇ ਕੀ ਇਹਨਾਂ ਨੇ ਕੰਮ ਕਰਨਾ ਸੀ, ਕੀ ਰੈਕਟ ਚਲਾਉਣਾ ਸੀ, ਕਿਸ ਯੂਜ਼ ਲਈ ਇਹ ਵੈਪਨ ਵਰਤਣੇ ਸੀਗੇ, ਸੋ ਉਹਦੇ ਲਈ ਉਹ ਹੁਣ ਅਸੀਂ ਤਫਤੀਸ਼ 'ਚ ਇਹਨਾਂ ਨੂੰ ਚੰਗੀ ਤਰ੍ਹਾਂ ਇੰਟਰੋਗੇਟ ਕਰਕੇ ਪੁੱਛਦੇ। ਸਰ ਮੋਗੇ ਕਿਸ ਮਕਸਦ ਨਾਲ ਆਏ ਸੀ, ਕਿਉਂਕਿ ਸਾਰੇ ਅਲੱਗ ਅਲੱਗ ਸਟੇਟਾਂ ਨਾਲ? ਨਹੀਂ ਜੇ ਤੁਸੀਂ ਦੇਖੋਗੇ ਜੀ ਜਿਹੜਾ 6ਵਾਂ ਬੰਦਾ ਜੇਲ੍ਹ ਦੇ ਵਿੱਚ ਬੰਦ ਹੈ ਉਹਦੇ ਮੋਗੇ ਦੇ ਪਰਚੇ ਹੈਗੇ ਹੈ, ਸੋ ਇਸ ਕਰਕੇ ਉਹਦਾ ਲਿੰਕ ਹੈਗਾ ਸੀਗਾ ਜੀ, ਉਹ ਸਾਰੇ ਇਹਦੇ ਨਾਲ ਟੱਚ ਸੀਗਾ, ਤਾਂ ਸਾਨੂੰ ਮੁਖਬਰੀ ਹੋਈ ਅਤੇ ਉਸ ਕਰਕੇ ਫੜੇ ਗਏ ਜੀ। ਉਹ ਤਾਂ ਜੀ ਹੁਣ ਉਹਨੂੰ ਪ੍ਰੋਡਕਸ਼ਨ ਵਾਲੇ 'ਤੇ ਲੈ ਕੇ ਆਵਾਂਗੇ, ਤਾਂ ਸਾਨੂੰ ਪਤਾ ਚੱਲੂਗਾ ਵੀ ਉਹ ਉਦੋਂ ਉੱਥੋਂ ਕੀ ਕਿਹੜੀ ਆਈ ਡੀ ਯੂਜ਼ ਕਰਦਾ ਸੀ, ਕੀ ਸੀ ਜੀ ਜੀ ਜੀ।